जी अस्सलाम वालेकुम सब्सक्राइबर्स क्या हाल हैं ठीक हैं आप खैरियत से हैं और आज आपके लिए जो है एक सियासी नोयत का लतीफ़ा जो है वो लेके आया हूँ लतीफ़ा भी है पाकिस्तान के पोलिंग सिस्टम के ऊपर एक तंस भी है और ये एक हकीकत भी है लतीफ़ा कुछ यूँ है कि चाचा शकूरा सवेरे उठिया माल डंगर न पट्ठे पांदा है और फिर वोट कास्ट करने की तैयारी करके नहा धो के ਸਾਫ ਸੁਥਰਾ ਲਿਬਾਸ ਪਹਿਨ ਕੇ ਉਹ ਪੋਲਿੰਗ ਸਟੇਸ਼ਨ ਤੇ ਆਂਦਾ ਹੈ ਬੜੀ ਯਾਦ ਦੇ ਨਾਲ ਉਹਦੇ ਆਪਣਾ ਸ਼ਨਖਤੀ ਕਾਰਡ ਜਿਹੜਾ ਵੇ ਉਹ ਵੀ ਆਪਣੀ ਜੇਬ ਵਿੱਚ ਪਾ ਲਿਆ ਔਰ ਪੋਲਿੰਗ ਸਟੇਸ਼ਨ ਤੇ ਪਹੁੰਚ ਗਿਆ ਪੋਲਿੰਗ ਸਟੇਸ਼ਨ ਤੇ ਜਾ ਕੇ ਉਹ ਕੀ ਕਰਦਾ ਵੇ ਕਿ ਸਭ ਤੋਂ ਪਹਿਲਾਂ ਉਹ ਇੱਧਰ ਉੱਧਰ ਨਜ਼ਰ ਦੁੜਾਂਦਾ ਹੈ ਔਰ ਦੇਖਦਾ ਹੈ ਕਿ ਉਹਦੀ ਪਾਰਟੀ ਦੇ ਜਿਹੜੇ ਪੋਲਿੰਗ ਏਜੰਟ ਨੇ ਉਹ ਕਿੱਥੇ ਆਪਣਾ ਡੇਰਾ ਲਾ ਕੇ ਬੈਠੇ ਨੇ ਔਰ ਉਹਦੀ ਨਜ਼ਰ ਪੈਂਦੀ ਹੈ ਔਰ ਉਹ ਮੁਤਲਕਾ ਪਾਰਟੀ ਜਿਸ ਪਾਰਟੀ ਨੂੰ ਨੇ ਵੋਟ ਕਾਸਟ ਕਰਨਾ ਹੈ ਉਹਦੇ ਏਜੰਟ ਕੋਲ ਚਲਾ ਜਾਂਦਾ ਜਾਂ ਕੇ ਪੋਲਿੰਗ ਏਜੰਟ ਨੂੰ ਆਪਣਾ شناختੀ ਕਾਰਡ ਦਿੰਦਾ ਹੈ ਔਰ ਕਹਿੰਦਾ ਹੈ ਕਿ ਪੁੱਤਰ ਜਰਾ ਵੇਖਾਂ ਕਿ ਤੇਰੀ ਚਾਚੀ ਵੋਟ ਕਾਸਟ ਕਰ ਗਈ ਹੈ ਪੋਲਿੰਗ ਏਜੰਟ ਨੇ ਚਾਚੇ ਦਾ شناختੀ ਕਾਰਡ ਪਕੜਿਆ ਔਰ ਲਿਸਟ ਚੈੱਕ ਕੀਤੀ ਔਰ ਕਿਹਾ ਹਾਂ ਚਾਚਾ ਚਾਚੀ ਤੇ ਵੋਟ ਕਾਸਟ ਕਰਕੇ ਚਲੀ ਗਈ ਹੈ ਇਹ ਸੁਣ ਕੇ ਚਾਚੇ ਨੇ ਠੰਡੀ ਆਹ ਭਰੀ ਤੇ ਆਪਣੇ ਅਥਰੂ ਜਿਹੜੇ ਨੇ ਉਹ ਹਲਕੇ ਚ ਉਤਾਰ ਦਿਆਂ ਹੋਇਆ ਕਿਹਾ ਕਾਸ਼ ਮੈਂ ਲੇਟ ਨਾ ਹੁੰਦਾ ਔਰ 10 ਮਿੰਟ ਪਹਿਲਾਂ ਆ ਜਾਂਦਾ ਤੇ ਅੱਜ ਉਸ ਭਾਗ ਭਰੀ ਨਾਲ ਮੁਲਾਕਾਤ ਹੋ ਜਾਂਦੀ ਇਹ ਸੁਣ ਕੇ ਪੋਲਿੰਗ ਏਜੰਟ ਜੋ ਰਾਜਾ ਤਨਜ਼ੀਆ ਅੰਦਾਜ਼ ਨਾਲ ਮੁਸਕਰਾਇਆ ਤੇ ਕਹਿੰਦਾ ਚਾਚਾ ਲੱਗਦਾ ਹੈ ਅੱਜਕੱਲ ਤੇਰੀ ਨਿਰਾਸ਼ਗੀ ਚੱਲ ਰਹੀ ਹੈ ਔਰ ਸਾਡੀ ਚਾਚੀ ਤੇਰੇ ਨਾਲ ਲੜ ਕੇ ਪੇਕੇ ਚਲੀ ਗਈ ਏ ਰੋਂ ਤੋਂ ਵੋਟ ਕਾਸਟ ਕਰਨ ਆਈ ਏ ਇਹ ਸੁਣ ਕੇ ਚਾਚਾ ਸ਼ਕੂਰਾ ਜਿਹੜਾ ਵੀ ਬੋਲਿਆ ਕਹਿੰਦਾ ਨਹੀਂ ਪੁੱਤਰ ਐਸੀ ਗੱਲ ਤੇ ਨਹੀਂ ਹੈ ਨਿਰਾਸ਼ਗੀ ਤੇ ਪੂਰੀ ਜ਼ਿੰਦਗੀ ਨਹੀਂ ਹੋਈ ਉਹਨੂੰ ਤੇ ਮਰਿਆਂ 25 ਸਾਲ ਹੋ ਗਏ ਨੇ ਔਰ 25 ਸਾਲ ਦੇ ਦੌਰਾਨ ਹੁਣ ਤੱਕ ਜਿੰਨੇ ਵੀ ਇਲੈਕਸ਼ਨ ਹੋਏ ਨੇ ਉਹ ਹਰ ਇਲੈਕਸ਼ਨ ਤੇ ਹੁੰਦੀ ਏ ਵੋਟ ਕਾਸਟ ਕਰਕੇ ਚਲੀ ਜਾਂਦੀ ਏ ਤੇ ਮੈਂ ਵੀ ਹਰ ਦਫਾ ਜਲਦੀ ਜਲਦੀ ਆਉਂਦਾ ਵਾਂ ਕਿ ਸ਼ਾਇਦ ਪੋਲਿੰਗ ਸਟੇਸ਼ਨ ਤੇ ਮੁਲਾਕਾਤ ਹੋ ਜਾਏ ਲੇਕਿਨ ਜਦੋਂ ਵੀ ਮੈਂ ਆ ਕੇ ਪੁੱਛਦਾ ਵਾਂ ਔਰ ਮੈਂ ਦੀ ਲਿਸਟ ਚੈੱਕ ਕਰਨਾ ਵਾਂ ਤੇ ਮੈਨੂੰ ਇਹ ਦੱਸਿਆ ਜਾਂਦਾ ਹੈ ਕਿ ਉਹ ਤੇ ਵੋਟ ਕਾਸਟ ਕਰਕੇ ਜਾ ਚੁੱਕੀ ਹੈ ਆਪ ਸਮੇਤ ਹੋ ਗਏ ਹੋਗੇ ਇਜਾਜ਼ਤ دیయేਗਾ ਅੱਲਾਹ ਹਾਫਿਜ਼